ਮੇਰਾ ਨਾਮ ਸਰ ਮਿੰਟੂ। ਕੀ ਗੱਲਬਾਤ ਹੋਈ ਭਾਈ? ਸਰ ਆ ਸਕੂਟਰੀ ਵਾਲੇ ਆਪਣੀ ਸਾਈਡ ਆ ਰਹੇ ਸੀਗੇ ਤੇ ਕਾਰ ਵਾਲਾ ਬਹੁਤ ਸਪੀਡ 'ਚ ਸੀਗਾ, ਉੱਧਰੋਂ ਉਹਨੇ ਬੈਗ ਟੱਕਰ ਮਾਰੀ ਆ ਸਰ ਇਹਨਾਂ ਨੂੰ, ਇਸੇ ਕਰਕੇ ਸਰ ਜਿਹੜਾ ਇੱਧਰ ਆ ਕੇ ਡਿੱਗੇ। ਇਹਨਾਂ ਦੇ ਮੀਆਂ ਬੀਬੀ ਦੇ ਜ਼ਿਆਦਾ ਸੱਟਾਂ ਲੱਗੀਆਂ ਹੈਗੀਆਂ ਆ। ਝੋਕ ਗੱਡੀ ਵਾਲੇ ਦੀ ਝੋਕ ਲੱਗੀ ਆ, ਗੱਡੀ ਵਾਲਾ ਮੰਨਦਾ ਵੀ ਆ ਕਿ ਮੇਰੀ ਗਲਤੀ ਆ, ਮੇਰੀ ਝੋਕ ਲੱਗੀ ਸੀਗੀ। ਗੱਡੀ 'ਚ ਕਿੰਨੇ ਬੰਦੇ ਸੀ? ਗੱਡੀ ਦੇ ਵਿੱਚ ਇਕੱਲਾ ਹੀ ਸੀਗਾ ਬੰਦਾ, ਇਹ ਦੋਨੇ ਸੀਗੇ ਮੀਆਂ ਬੀਬੀ ਸਰ। ਇਹ ਉਮਰਪੁਰ ਦੇ ਰਹਿਣ ਵਾਲੇ ਆ ਸਰ। ਹਾਂਜੀ, ਓਦਾਂ ਦੇ ਬਚਾ ਹੀ ਆ, ਬਟ ਉਹਨਾਂ ਦੇ ਸੱਟਾਂ ਜ਼ਿਆਦਾ ਲੱਗ ਗਈਆਂ, ਜਿੱਦਾਂ ਆਂਟੀ ਦੇ ਵੀ ਤੇ ਅੰਕਲ ਦੇ ਬਹੁਤ ਜ਼ਿਆਦਾ ਸੱਟਾਂ ਲੱਗੀਆਂ। ਹੁਣ ਉਹਨਾਂ ਨੂੰ ਹੋਸਪਿਟਲ ਲੈ ਗਏ ਸਰ। ਇਹ ਸਰ ਇੰਨਾ ਕਨਫਰਮ ਨਹੀਂ ਹੈਗਾ ਕਿੱਥੇ ਲੈ ਗਏ ਆ, ਬਟ ਹੋਸਪਿਟਲ ਲੈ ਗਏ। ਨਹੀਂ, ਆਪ ਖੁਦ ਗੱਡੀਆਂ 'ਚ ਪਾ ਕੇ ਲੈ ਕੇ ਗਏ ਆ, ਉੱਦਾਂ ਆਇਆ ਕੋਈ ਵੀ ਨਹੀਂ ਹੈਗਾ ਸਰ। ਹਾਂਜੀ, ਬਚਾਅ ਹੋ ਗਿਆ ਸਰ। ਉਹ ਰਹਿਣਪੁਰ ਰਹਿਣ ਵਾਲੇ ਆ, ਉਮਰਪੁਰ ਪਿੰਡ ਤੋਂ। ਹਾਂਜੀ, ਤੇ 12:30 ਸ਼ਾਇਦ ਐਕਸੀਡੈਂਟ ਹੋਇਆ ਤੇ ਉਸ ਵੇਲੇ ਇੱਥੇ ਆਏ ਆ, ਤੇ ਮਤਲਬ ਦੋਨੋਂ ਹੀ ਕਾਫੀ ਸੀਰੀਅਸ ਸੀਗੇ ਤੇ ਦੋਨਾਂ ਨੂੰ ਅਸੀਂ ਰੈਫਰ ਕੀਤਾ ਸੀ, ਆਪਣੇ ਵੱਲੋਂ ਅੰਮ੍ਰਿਤਸਰ ਰੈਫਰ ਕੀਤਾ। ਕੰਡੀਸ਼ਨ ਜਿਹੜੇ ਜੈਂਟ ਸੀਗੇ ਉਹਨਾਂ ਦੀ ਤਾਂ ਮਤਲਬ ਉਹਨਾਂ ਦੇ ਫ੍ਰੈਕਚਰ ਵਗੈਰਾ ਹੈਗੇ, ਸੀਰੀਅਸ ਹੀ ਕੰਡੀਸ਼ਨ ਹੈ ਦੋਨਾਂ ਦੀ, ਪਰ ਜਿਹੜੇ ਲੇਡੀ ਉਹਨਾਂ ਦੀ ਜ਼ਿਆਦਾ ਸੀਰੀਅਸ ਸੀ, ਉਹਨਾਂ ਆਕਸੀਜਨ ਵਗੈਰਾ ਲਗਾਈ ਸੀਗੀ। ਦੇਖੋ ਕੀ ਇਹ ਐਕਸੀਡੈਂਟ ਕੰਟਰੋਲ ਰੂਮ ਤੋਂ ਸਾਨੂੰ ਫੋਨ ਆਇਆ ਸੀਗਾ ਤੇ ਅਸੀਂ ਮੌਕੇ ਤੇ ਪੁੱਜੇ। ਮੌਕੇ ਤੇ ਪੁੱਜ ਕੇ ਅਸੀਂ ਦੇਖਿਆ ਤੇ ਇੱਕ ਸਕੂਟਰੀ ਤੇ ਇੱਕ ਗੱਡੀ ਦਾ ਐਕਸੀਡੈਂਟ ਇੱਥੇ ਹੋਇਆ ਸੀਗਾ। ਜਿਹੜੇ ਸਕੂਟਰੀ ਸੀ, ਦੋ ਚਾਲਕ BMBP ਇਹ ਹੈਗੇ ਸੀਗੇ ਉਮਰਪੁਰ ਦੇ ਜੀ, ਤੇ ਜਿਹੜੇ ਦੋਨੋਂ ਸੀਰੀਅਸ ਹੈ ਇਸ ਟਾਈਮ ਤੇ, ਇਹਨਾਂ ਨੂੰ ਸਿਵਲ ਹਸਪਤਾਲ ਦਾ ਰੈਫਰ ਕਰ ਦਿੱਤਾ ਗਿਆ ਸੀ। ਸਿਵਲ ਹਸਪਤਾਲ ਤੋਂ ਅੱਗੇ ਕਰਤਾ ਇਹਨਾਂ ਨੇ ਉੱਥੇ ਜੀ ਜਲੰਧਰ ਕਰ ਦਿੱਤਾ ਜੀ। ਹਾਂਜੀ, ਤੇ ਜਿਹੜੇ ਗੱਡੀ ਚਾਲਕ ਸੀ ਮੌਕੇ ਤੋਂ ਇੱਥੋਂ ਚੱਲ ਗਿਆ, ਉਹ ਨਹੀਂ ਮਿਲਿਆ, ਇਹਦੀ ਭਾਲ ਕੀਤੀ ਜਾ ਰਹੀ ਹੈ। ਤੇ ਮੌਕੇ ਤੇ ਅਸੀਂ ਪਹੁੰਚੇ ਤੇ ਦੋਨਾਂ ਗੱਡੀਆਂ ਦੀ ਬੁਰੀ ਹਾਲਤ ਹੈ, ਇਹ ਮੰਦਭਾਗੀ ਘਟਨਾ ਹੋਈ ਹੈ, ਬਹੁਤ ਮਾੜੀ ਹੋਈ ਹੈ, ਤੇ ਜੋ ਵੀ ਤਫਤੀਸ਼ ਬਣੇਗੀ ਤਫਤੀਸ਼ ਦੇ ਮੁਤਾਬਕ ਜਿਹੜਾ ਕੰਮ। ਧੰਨਵਾਦ।